ਜ਼ਿੰਦਾਬਾਦ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਮਨਪ੍ਰੀਤ ਤੌਲਕ। ਪੰਜਾਬ ਦੇ ਸੀਐਮ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਵਾਸੀਆਂ ਨੂੰ ਇੱਕ ਹੋਰ ਵੱਡਾ ਤੋਹਫ਼ਾ ਦਿੱਤਾ ਅਤੇ ਤੋਹਫ਼ੇ ਦੇ ਵਿੱਚ ਮੋਹਾਲੀ ਦੇ ਵਿੱਚ ਇੱਕ ਨਵੇਂ ਸਿਵਲ ਹਸਪਤਾਲ ਦੀ ਜਿਹੜਾ ਉਦਘਾਟਨ ਕਰ ਦਿੱਤਾ ਅਤੇ ਇਸ ਹਸਪਤਾਲ ਦੇ ਵਿੱਚ ਵਧੀਆ ਸਹੂਲਤਾਂ ਪ੍ਰੋਵਾਈਡ ਕਰਵਾਈਆਂ ਜਾਣਗੀਆਂ ਮੋਹਾਲੀ ਵਾਸੀਆਂ ਨੂੰ, ਪੰਜਾਬ ਦੇ ਲੋਕਾਂ ਨੂੰ। ਲੋਕ ਜਿਹੜੇ ਬਿਮਾਰ ਹੋਣਗੇ ਉਹਨਾਂ ਦਾ ਵਧੀਆ ਇਲਾਜ ਕੀਤਾ ਜਾਵੇਗਾ ਇਸ ਸਿਵਲ ਹਸਪਤਾਲ ਦੇ ਵਿੱਚ, ਅਤੇ ਇਸ ਹਸਪਤਾਲ ਦਾ ਉਦਘਾਟਨ ਸੀਐਮ ਚੰਨੀ ਦੇ ਵੱਲੋਂ ਕੀਤਾ ਗਿਆ। ਇਸ ਦੇ ਨਾਲ ਨਾਲ ਇੱਕ ਜੁਡੋ ਦਾ ਇਨਡੋਰ ਸਟੇਡੀਅਮ, ਉਸਦਾ ਵੀ ਉਦਘਾਟਨ ਸੀਐਮ ਚੰਨੀ ਦੇ ਵੱਲੋਂ ਕੀਤਾ ਗਿਆ। ਜੁਡੋ ਦੇ ਜਿਹੜੇ ਖਿਡਾਰੀ ਹੈ ਉਹਨਾਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਹੈ ਸੀਐਮ ਚੰਨੀ ਨੇ। ਇਸ ਸਟੇਡੀਅਮ ਦੇ ਵਿੱਚ ਵਧੀਆ ਸਹੂਲਤਾਂ ਪ੍ਰੋਵਾਈਡ ਕਰਵਾਈਆਂ ਜਾਣਗੀਆਂ ਸਰਕਾਰ ਦੇ ਵੱਲੋਂ। ਜਿਹੜੇ ਖਿਡਾਰੀ ਹੈ ਉਹ ਆਪਣੀ ਖੇਡ ਜਾਰੀ ਰੱਖ ਸਕਦੇ ਨੇ ਇਸ ਇਨਡੋਰ ਸਟੇਡੀਅਮ ਦੇ ਵਿੱਚ। ਇਹ ਵੱਡੇ ਵੱਡੇ ਤੋਹਫ਼ੇ ਜਿਹੜੇ ਸੀਐਮ ਚੰਨੀ ਦੇ ਵੱਲੋਂ ਪੰਜਾਬ ਵਾਸੀਆਂ ਨੂੰ ਪਿਛਲੇ ਕਾਫੀ ਦਿਨਾਂ ਤੋਂ ਦਿੱਤੇ ਜਾ ਰਹੇ ਨੇ। ਪੰਜਾਬ ਵਾਸੀ ਸੀਐਮ ਚੰਨੀ ਦੇ ਇਹਨਾਂ ਕੰਮਾਂ ਤੋਂ ਖੁਸ਼ ਨਜ਼ਰ ਆ ਰਹੇ ਨੇ। ਪਿਛਲੇ 4.5 ਸਾਲਾਂ ਦੇ ਵਿੱਚ ਜੋ ਪੰਜਾਬ ਕਾਂਗਰਸ ਨਹੀਂ ਕਰ ਪਾਈ, ਜੋ ਪੰਜਾਬ ਕਾਂਗਰਸ ਤੋਂ ਉਮੀਦਾਂ ਸੀਗੀਆਂ, ਉਹ ਹੁਣ ਸੀਐਮ ਚੰਨੀ ਪੂਰੇ ਕਰਦੇ ਨਜ਼ਰ ਆ ਰਹੇ ਨੇ। 2022 ਦੀਆਂ ਚੋਣਾਂ ਵੀ ਨੇੜੇ ਨੇ, ਹਾਲੇ ਹੋ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੱਡੇ ਵੱਡੇ ਐਲਾਨ ਹੋ ਜਾਣ। ਜੇ ਕੋਈ ਹੋਰ ਵੱਡਾ ਐਲਾਨ ਹੁੰਦਾ ਹੈ, ਸਾਡੀ ਨਿਗਾਹ ਉਸ ਦੇ ਉੱਤੇ ਬੜੀ ਹੋਈ ਹੈ। ਅਸੀਂ ਲਗਾਤਾਰ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਰਹਾਂਗੇ। ਉਹਨਾਂ ਚਿਰ ਹੋਰ ਖਬਰਾਂ ਲਈ ਜੁੜੇ ਰਹੋ ਜ਼ਿੰਦਾਬਾਦ ਚੈਨਲ ਦੇ ਨਾਲ। ਕੈਮਰਾਮੈਨ ਦੀਪਕ ਦੇ ਨਾਲ ਮੈਂ ਮਨਪ੍ਰੀਤ ਤੌਲਕ, ਚੰਡੀਗੜ੍ਹ। ਜ਼ਿੰਦਾਬਾਦ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਮਨਪ੍ਰੀਤ ਤੌਲਕ। ਪੰਜਾਬ ਦੇ ਸੀਐਮ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਵਾਸੀਆਂ ਨੂੰ ਇੱਕ ਹੋਰ ਵੱਡਾ ਤੋਹਫ਼ਾ ਦਿੱਤਾ ਹੈ ਅਤੇ ਤੋਹਫ਼ੇ ਦੇ ਵਿੱਚ ਮੋਹਾਲੀ ਦੇ ਵਿੱਚ ਇੱਕ ਨਵੇਂ ਸਿਵਲ ਹਸਪਤਾਲ ਦੀ ਜਿਹੜਾ ਉਦਘਾਟਨ ਕਰ ਦਿੱਤਾ ਅਤੇ ਇਸ ਹਸਪਤਾਲ ਦੇ ਵਿੱਚ ਵਧੀਆ ਸਹੂਲਤਾਂ ਪ੍ਰੋਵਾਈਡ ਕਰਵਾਈਆਂ ਜਾਣਗੀਆਂ ਮੋਹਾਲੀ ਵਾਸੀਆਂ ਨੂੰ, ਪੰਜਾਬ ਦੇ ਲੋਕਾਂ ਨੂੰ। ਲੋਕ ਜਿਹੜੇ ਬਿਮਾਰ ਹੋਣਗੇ ਉਹਨਾਂ ਦਾ ਵਧੀਆ ਇਲਾਜ ਕੀਤਾ ਜਾਵੇਗਾ ਇਸ ਸਿਵਲ ਹਸਪਤਾਲ ਦੇ ਵਿੱਚ, ਅਤੇ ਇਸ ਹਸਪਤਾਲ ਦਾ ਉਦਘਾਟਨ ਸੀਐਮ ਚੰਨੀ ਦੇ ਵੱਲੋਂ ਕੀਤਾ ਗਿਆ। ਇਸ ਦੇ ਨਾਲ ਨਾਲ ਇੱਕ ਜੁਡੋ ਦਾ ਇਨਡੋਰ ਸਟੇਡੀਅਮ, ਉਸਦਾ ਵੀ ਉਦਘਾਟਨ ਸੀਐਮ ਚੰਨੀ ਦੇ ਵੱਲੋਂ ਕੀਤਾ ਗਿਆ। ਜੁਡੋ ਦੇ ਜਿਹੜੇ ਖਿਡਾਰੀ ਹੈ ਉਹਨਾਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਹੈ ਸੀਐਮ ਚੰਨੀ ਨੇ। ਇਸ ਸਟੇਡੀਅਮ ਦੇ ਵਿੱਚ ਵਧੀਆ ਸਹੂਲਤਾਂ ਪ੍ਰੋਵਾਈਡ ਕਰਵਾਈਆਂ ਜਾਣਗੀਆਂ ਸਰਕਾਰ ਦੇ ਵੱਲੋਂ। ਜਿਹੜੇ ਖਿਡਾਰੀ ਹੈ ਉਹ ਆਪਣੀ ਖੇਡ ਜਾਰੀ ਰੱਖ ਸਕਦੇ ਨੇ ਇਸ ਇਨਡੋਰ ਸਟੇਡੀਅਮ ਦੇ ਵਿੱਚ। ਇਹ ਵੱਡੇ ਵੱਡੇ ਤੋਹਫ਼ੇ ਜਿਹੜੇ ਸੀਐਮ ਚੰਨੀ ਦੇ ਵੱਲੋਂ ਪੰਜਾਬ ਵਾਸੀਆਂ ਨੂੰ ਪਿਛਲੇ ਕਾਫੀ ਦਿਨਾਂ ਤੋਂ ਦਿੱਤੇ ਜਾ ਰਹੇ ਨੇ। ਪੰਜਾਬ ਵਾਸੀ ਸੀਐਮ ਚੰਨੀ ਦੇ ਇਹਨਾਂ ਕੰਮਾਂ ਤੋਂ ਖੁਸ਼ ਨਜ਼ਰ ਆ ਰਹੇ ਨੇ। ਪਿਛਲੇ 4.5 ਸਾਲਾਂ ਦੇ ਵਿੱਚ ਜੋ ਪੰਜਾਬ ਕਾਂਗਰਸ ਨਹੀਂ ਕਰ ਪਾਈ, ਜੋ ਪੰਜਾਬ ਕਾਂਗਰਸ ਤੋਂ ਉਮੀਦਾਂ ਸੀਗੀਆਂ, ਉਹ ਹੁਣ ਸੀਐਮ ਚੰਨੀ ਪੂਰੇ ਕਰਦੇ ਨਜ਼ਰ ਆ ਰਹੇ ਨੇ। 2022 ਦੀਆਂ ਚੋਣਾਂ ਵੀ ਨੇੜੇ ਨੇ, ਹਾਲੇ ਹੋ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੱਡੇ ਵੱਡੇ ਐਲਾਨ ਹੋ ਜਾਣ। ਜੇ ਕੋਈ ਹੋਰ ਵੱਡਾ ਐਲਾਨ ਹੁੰਦਾ ਹੈ, ਸਾਡੀ ਨਿਗਾਹ ਉਸ ਦੇ ਉੱਤੇ ਬੜੀ ਹੋਈ ਹੈ। ਅਸੀਂ ਲਗਾਤਾਰ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਰਹਾਂਗੇ। ਉਹਨਾਂ ਚਿਰ ਹੋਰ ਖਬਰਾਂ ਲਈ ਜੁੜੇ ਰਹੋ ਜ਼ਿੰਦਾਬਾਦ ਚੈਨਲ ਦੇ ਨਾਲ। ਕੈਮਰਾਮੈਨ ਦੀਪਕ ਦੇ ਨਾਲ ਮੈਂ ਮਨਪ੍ਰੀਤ ਤੌਲਕ, ਚੰਡੀਗੜ੍ਹ।